कृपा करे जिस पार ब्रह्म हुवे साधु संग ज्यों ज्यों एहो बधाईए ਸਿਉਂ ਰੰਗ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਬਿਹਾਵੇ ਤੁਦਹੋਂ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਤਿੰਨ ਕਦੇ ਨਾ ਚੁੱਕਣ ਹਾਵੇ ਮੇਰੀ ਸਾਧੂਆਂ ਦੇ ਨਾਲ ਨੇ ਬੁਜਾ ਇਹੋ ਮੇਰੀ ਬੇਨਤੀ ਗੁਰਾ ਮੇਰੀ ਸਾਧੂਆਂ ਦੇ ਨਾਲ ਨੇ ਬੁਜਾ ਇਹੋ ਮੇਰੀ ਬੇਨਤੀ ਗੁਰਾ ਪੂਰਾ ਮੇਰੀ ਬੇਨਤੀ ਪੂਰਾ
गुराए हो मेरी बेनती गुराए हो मेरी बेनती गुराए हो मेरी बेनती सेवा गुरानी सेवा ये हो खैर
मेरे संता संग पले से जम जम मर से कदे ना थक ना परम सत्कार जो सतगुरु जी की पावन पवित्र हजूरी विच जुड़ बैठी गुरु प्यारी साध संगत जी सतगुरु जी ने अपार बख्शिश कीती है अपार रहमतां वरताईयां ने बहुत ही सत्कार जो श्रीमान संत बाबा अमरीक सिंह जी तिना दे उदम उपराले सदका आप समूह नगर निवासी इलाका निवासी संगतां दे सहयोग नाल संप्रदाय नानक सर कलेरां दे बानी महापुरख धन धन बाबा आनंद सिंह जी महाराज उन्हां दे अनन सेवक उन्हां दा ही रूप धन धन बाबा मीहां सिंह जी सियाड़ वाले महापुरख और धन धन बाबा हरभजन सिंह जी महापुरख नानक सर कलेरां वाले महापुरखां दी याद विच जो गुरमत समागम गुरद्वारा नानक सर ठाठ पडैण विखे पिछले दिनां तों आरंभ होया अज आपां चौथे रात्री दे दीवान दीआं हाजरियां भर रहे हां रल मिल के मालक दे गुण गाउण दा सुभाग प्राप्त होया सुआउ समय विच रह के आपां सारी हाजरी लवाईए कोई भी रसना वांझी नारे प्यार सहित बुलाओ होते आखो जी वाहे गुरु जी का खालसा वाहे गुरु जी की फतेह पग सवलड़े ने सतसंग दियां सुपागियां घड़ियां मिलियां महापुरख बचन करदे कहिंदे तू किडे भी वड्डे मरतबे ते क्यों ना पहुंच जाए पर अपने जीवन दे विचों सतसंग दियां घड़ियां ना गवाई किड्डा भी वड्डा सियाणा क्यों ना हो जाए किड्डा भी वड्डा तेरा रुतबा क्यों ना हो जाए पर अपने जीवन विचों कदे चंगियां दा संग ना छड़ी भाई गुरदास जी अपने कवित द्वारा सानू समझाउण दा यतन करदे भाई गुरदास जी कहिंदे संग मिल चलै नर बिघन ना पहुंचै घर बिछड़ै तुरत बटवारो वार पार है जैसे बाड़ दिए खेत सुबत ना मिर्ग नर चींटी भए मिर्ग पंथी खेतै उजाड़ है पिंजरा मैं सुआ जैसे राम नाम लेत होत निकसत खिन माहे ग्रस्त मजार है किंदे जेड़ा बंदा अपने संग नाल मिलके चलदा रहिंदा ना वो सहजे ही एक दिन अपनी मंजिल ते पहुंच जांदा है सहजे ही एक ना एक दिन अपनी मंजिल नूं पा लैंदा है जिहड़ा बंदा अपने संग नालों विछड़ गया कल्ला रह गया
ਜਿਹੜਾ ਬੰਦਾ ਸੰਗ ਨਾਲੋਂ ਵਿਛੜ ਗਿਆ, ਕੱਲਾ ਰਹਿ ਗਿਆ, ਫਿਰ ਕਹਿੰਦੇ ਰਸਤੇ ਵਿੱਚ ਚੋਰ ਧਾੜਵੀ ਡਾਕੂ ਲੁਟੇਰੇ ਉਹਨੂੰ ਲੁੱਟ ਲੈਣਗੇ, ਉਹ ਸੇਫ ਨਹੀਂ, ਉਹਨੂੰ ਖਤਰਾ ਹੈ, ਉਹ ਲੁੱਟਿਆ ਜਾ ਸਕਦਾ ਹੈ। ਜੈਸੇ ਵਾੜ ਦੀਏ ਖੇਤ ਸੁਭਤ ਨਾ ਮਿਰਗ ਨਰ, ਚੀਂਟੀ ਭਏ ਮਿਰਗ ਪੰਥੀ ਖੇਤੇ ਉਜਾੜ ਹੈ। ਕਹਿੰਦੇ ਕਿਸਾਨ ਫਸਲ ਬੀਜਦਾ, ਜੇ ਫਸਲ ਬੀਜ ਕੇ ਉਹਦੀ ਵਾੜ ਨਾ ਕਰੇ, ਸਮੇਂ ਸਿਰ ਖੇਤ ਜਾ ਕੇ ਗੇੜਾ ਨਾ ਮਾਰੇ, ਧਿਆਨ ਨਾ ਰੱਖੇ, ਫਿਰ ਕਹਿੰਦੇ ਪਸ਼ੂ ਪੰਛੀ ਜੀਵ ਨੇ ਜਿਹੜੇ ਉਹਦੀ ਫਸਲ ਨੂੰ ਉਜਾੜ ਦੇਣਗੇ, ਉਹਦੇ ਖੇਤ ਨੂੰ ਉਜਾੜ ਦੇਣਗੇ। ਪਿੰਜਰਾ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੋਤ, ਨਿਕਸਤ ਖਿੰਨ ਮਾਹੇ ਗ੍ਰਸਤ ਮਝਾਰ। ਸੂਆ ਕਹਿੰਦੇ ਨੇ ਤੋਤੇ, ਤੋਤਾ ਕਹਿੰਦੇ ਜਿੰਨਾ ਚਿਰ ਪਿੰਜਰੇ ਚ ਹੈ ਉਹਨਾਂ ਚਿਰ ਹੀ ਸੁਰੱਖਿਅਤ ਹੈ, ਜਿੰਨਾ ਚਿਰ ਪਿੰਜਰੇ ਚ ਹੈ ਰਾਮ ਰਾਮ ਵੀ ਕਹਿੰਦਾ ਰਹਿੰਦਾ, ਸੁਰੱਖਿਅਤ ਵੀ ਹੈ। ਜਦੋਂ ਕਹਿੰਦੇ ਤੋਤਾ ਪਿੰਜਰੇ ਚੋਂ ਬਾਹਰ ਹੋ ਗਿਆ, ਉਹ ਸੁਰੱਖਿਅਤ ਨਹੀਂ, ਬਿੱਲੇ ਬਘਿਆੜ ਉਸ ਤੋਤੇ ਨੂੰ ਖਾ ਸਕਦੇ ਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗ ਮਿਲ ਮਨ ਪਹੁੰਚੇ ਸਹਿਜ ਘਰ, ਵਿਛਰਤ ਪੰਚੋ ਦੂਤ ਪ੍ਰਾਣ ਪਰਹਾਰ। ਜਿਵੇਂ ਕਹਿੰਦੇ ਸੰਗ ਨਾਲੋਂ ਵਿਛੜੇ ਨੂੰ ਚੋਰ ਧਾੜਵੀ ਡਾਕੂ ਲੁਟੇਰਿਆਂ ਤੋਂ ਖਤਰਾ, ਉਹ ਲੁੱਟਿਆ ਜਾ ਸਕਦਾ। ਕਿਸਾਨ ਫਸਲ ਬੀਜ ਕੇ ਉਹਦੀ ਵਾੜ ਨਾ ਕਰੇ, ਪਸ਼ੂ ਪੰਛੀਆਂ ਤੋਂ ਖਤਰਾ ਹੈ, ਫਸਲ ਉਜਾੜੀ ਜਾ ਸਕਦੀ ਹੈ। ਪਿੰਜਰਾ ਕਹਿੰਦੇ ਤੋਤਾ ਪਿੰਜਰੇ ਚੋਂ ਬਾਹਰ ਹੋ ਗਿਆ, ਉਹਨੂੰ ਬਿੱਲੇ ਬਘਿਆੜਾਂ ਤੋਂ ਖਤਰਾ ਹੈ, ਬਿੱਲੇ ਬਘਿਆੜ ਉਹਨੂੰ ਖਾ ਸਕਦੇ ਆ। ਇਸੇ ਕਹਿੰਦੇ ਜਦੋਂ ਤੂੰ ਆਪਣੇ ਜੀਵਨ ਵਿੱਚ ਮਰਯਾਦਾ ਰੂਪੀ ਪਿੰਜਰੇ ਚੋਂ ਬਾਹਰ ਹੋ ਗਿਆ, ਆ ਸੰਗਤ ਰੂਪੀ ਪਿੰਜਰੇ ਚੋਂ ਬਾਹਰ ਹੋ ਗਿਆ, ਫਿਰ ਤੈਨੂੰ ਵੀ ਖਤਰਾ ਭਾਈ, ਕਿਹੜੇ ਬਿੱਲੇ ਬਘਿਆੜ ਆ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਜੇ ਤੂੰ ਸੰਗ ਨਾਲੋਂ ਵਿਛੜ ਗਿਆ ਨਾ, ਮਰਯਾਦਾ ਤੋਂ ਦੂਰ ਹੋ ਗਿਆ, ਸੰਗਤ ਚੋਂ ਦੂਰ ਹੋ ਗਿਆ, ਕਹਿੰਦੇ ਇਹ ਫਿਰ ਪੰਜੇ ਤੇਰੇ ਪ੍ਰਾਣਾਂ ਤੇ ਹਾਵੀ ਹੋ ਜਾਣਗੇ। ਜਦੋਂ ਇਹ ਪੰਜੇ ਤੇਰੇ ਪ੍ਰਾਣਾਂ ਤੇ ਹਾਵੀ ਹੋ ਗਏ, ਤੇਰੇ ਜੀਵਨ ਨੂੰ ਉਜਾੜ ਦੇਣਗੇ, ਤਹਿਸ ਨਹਿਸ ਕਰ ਦੇਣਗੇ। ਹੁਣ ਖਿਆਲ ਇਹ ਕਰਨਾ, ਇਹਨਾਂ ਪੰਜਾਂ ਤੋਂ ਬਚਿਆ ਕਿਵੇਂ ਜਾਵੇ, ਇਹ ਸਾਡੇ ਪ੍ਰਾਣਾਂ ਤੇ ਹਾਵੀ ਨਾ ਹੋਣ, ਅਸੀਂ ਲੁੱਟੇ ਨਾ ਜਾਈਏ, ਅਸੀਂ ਮਾਰੇ ਨਾ ਜਾਈਏ। ਸਾਡਾ ਆਇਆ ਸੰਸਾਰ ਤੇ ਬਿਰਥਾ ਨਾ ਜਾਵੇ, ਫਿਰ ਕਰਨਾ ਕੀ ਪਏਗਾ, ਫਿਰ ਅਰਦਾਸ ਕਰਨੀ ਪਏਗੀ। ਅਰਦਾਸ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਰਦੇ ਸੀ, ਸਾਨੂੰ ਕਰਨ ਦੀ ਜਾਚ ਵੀ ਉਹਨਾਂ ਨੇ ਸਿਖਾਈ। ਅਰਦਾਸ ਆਪ ਵੀ ਕਰਦੇ ਸੀ, ਸੰਗਤਾਂ ਨੂੰ ਅਰਦਾਸ ਕਰਨ ਦੀ ਜਾਚ ਵੀ ਸਿਖਾਈ। ਰੋਜ਼ ਮੰਗਦੇ ਸੀ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲੋਂ, ਸੱਚੇ ਪਾਤਸ਼ਾਹ ਜੋ ਭਾਵੇ ਸੋ ਕੰਮ ਕਰਾਈ, ਜੋ ਨਾ ਭਾਵੇ ਸੋ ਨਾ ਕਰਾਈ, ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈ, ਜੋ ਨਾ ਭਾਵੇ ਸੋ ਨਾ ਦੇਈ, ਜਿੱਥੇ ਭਾਵੇ ਤਿੱਥੇ ਰੱਖ ਲੈ, ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ, ਜਿੱਥੇ ਵੀ ਰੱਖੀ ਆਪਣੇ ਚਰਨ ਕਮਲਾਂ ਵਿੱਚ ਰੱਖੀ, ਅਖੰਡ ਭਜਨ ਬਖਸ਼ੀ,
ਦਰਗਾਹ ਦੇ ਬਖਸ਼ੇ ਹੋਏ ਸਾਜਿਆਂ ਨਵਾਜਿਆਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਮੇਲੇ ਬਖਸ਼ੀ ਜਿਸ ਦੇ ਮਿਲਣੇ ਕਰਕੇ ਸਿੱਖੀ ਸਿਦਕ ਦੀ ਪ੍ਰਾਪਤੀ ਹੋਵੇ ਧੁਰ ਦਰਗਾਹ ਦੀ ਸਮੱਤ ਮਿਲੇ ਦਰਗਾਹ ਤੋਂ ਕਿਸੇ ਡਿੱਗੇ ਧੱਕੇ ਨਿੰਦਕ ਮਨਮੁਖ ਦੀ ਸੰਗਤ ਨਾ ਦੇਈ ਸੱਚੇ ਪਾਤਸ਼ਾਹ ਜਿਸ ਦੇ ਮਿਲਣੇ ਕਰਕੇ ਤੂੰ ਵਿਸਰ ਜਾਏ ਦਰਗਾਹ ਦੇ ਧੱਕੇ ਦਾ ਮੇਲਾ ਨਾ ਦੇਈ। ਤੇ ਭਗਤ ਰਵਿਦਾਸ ਜੀ ਵੀ ਸਾਨੂੰ ਅਰਦਾਸ ਕਰਨ ਦੀ ਜਾਚਨਾ ਸਿਖਾਉਂਦੇ ਨੇ ਵੀ ਇਹ ਜਿਹੜੇ ਪੰਜ ਨੇ ਸਾਡੇ ਪ੍ਰਾਣਾਂ ਤੇ ਹਾਵੀ ਨਾ ਹੋ ਜਾ। ਭਗਤ ਰਵਿਦਾਸ ਜੀ ਕਹਿੰਦੇ ਸਤਿਗੁਰੂ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕਪਾਤੀ। ਮਹਾਰਾਜ ਮੇਰੀ ਤੇ ਦਿਨ ਰਾਤ ਦੀ ਸੰਗਤ ਇਹਨਾਂ ਪੰਜਾਂ ਮਾੜਿਆਂ ਨਾਲ ਹੈ, ਹਰ ਵੇਲੇ ਮੇਰੇ ਨਾਲ ਰਹਿੰਦੇ। ਡਰ ਲੱਗਦਾ ਰਹਿੰਦਾ ਵੀ ਦਿਨ ਰਾਤ ਮੈਂ ਇਹਨਾਂ ਦੀ ਸੰਗਤ ਵਿੱਚ ਰਹਿੰਦਾ ਇਹ ਵੀ ਮੇਰੇ ਪ੍ਰਾਣਾਂ ਤੇ ਕਿਤੇ ਹਾਵੀ ਨਾ ਹੋ ਜਾਣ। ਆਖੋ ਸਤਨਾਮ ਇਹ ਵੀ ਕਿਤੇ ਮੇਰੇ ਪ੍ਰਾਣਾਂ ਤੇ ਹਾਵੀ ਨਾ ਹੋ ਜਾਣ। ਮੇਰੀ ਸੰਗਤ ਕੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕਪਾਤੀ ਰਾਮ ਗੁਸਈਆ ਜੀ ਕੈ ਜੀਵ ਨਾ ਮੋਹੇ ਨਾ ਵਸਾਰੋ ਮੈਂ ਜਨ ਤੇਰਾ ਮਹਾਰਾਜ ਮੈਨੂੰ ਆਪਣਾ ਬਣਾ ਕੇ ਰੱਖਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਗੀਏ ਆਪਾਂ ਵੀ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲੋਂ ਸੱਚੇ ਪਾਤਸ਼ਾਹ ਮੋਹੇ ਨਾ ਵਸਾਰੋ ਮੈਂ ਜਨ ਤੇਰਾ ਵਾਹਿਗੁਰੂ ਮੋਹੇ ਨਾ ਵਸਾਰੋ ਵੀ ਮੈਂ ਜਨ ਤੇਰਾ ਤੇਰਾ ਵਾਹਿਗੁਰੂ ਮੋਹੇ ਨਾਮ ਸਾਰਾ ਜੀ ਮੈਂ ਜਨ ਤੇਰਾ ਵਾਹਿਗੁਰੂ।
ਮੇਰਾ ਕਰਮ ਕੁਟਲਤਾ ਜਨਮ ਕਪਾਤਾ ਰਾਮ ਕਸਈਆ ਜੀ ਕੈ ਜੀਵਨਾ ਮੋਹੇ ਨਾ ਵਸਾਰੋ ਮੈਂ ਜਨ ਤੇਰਾ ਸਿੱਖ ਅਰਦਾਸ ਕਰਨੀ ਨਾ ਛੱਡੇ ਮਹਾਰਾਜ ਮੈਨੂੰ ਆਪਣਾ ਬਣਾ ਕੇ ਰੱਖੀ ਮੈਨੂੰ ਆਪਣਾ ਬਣਾ ਕੇ ਰੱਖੀ ਜੇ ਕਿਤੇ ਸਾਧ ਸੰਗਤ ਸਮਾਂ ਆ ਜਾਏ ਕਿਤੇ ਬਣ ਜਾਏ ਜੀਵਨ ਦੇ ਵਿੱਚ ਇਹਨਾਂ ਵਿੱਚੋਂ ਕੋਈ ਚੀਜ਼ ਚਾਹੇ ਹੁਮੇ ਟਪੱਲਾ ਮਾਰੇ ਹੁਮੇ ਆ ਜਾਏ ਹੰਕਾਰ ਆ ਜਾਏ ਤੇ ਸਤਿਗੁਰ ਫਿਰ ਆਪਣਿਆਂ ਨੂੰ ਪਛਾਉਂਦੇ ਵੀ ਆ ਭਾਈ ਆਪਣਿਆਂ ਦੀ ਹੱਥ ਦੇ ਕੇ ਰੱਖਿਆ ਵੀ ਕਰਦੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਪੱਤੋ ਨਗਰ ਤੋਂ ਨਗਰ ਪ੍ਰਤਾਪਗੜ੍ਹ ਗੱਜਣ ਸਿੰਘ ਵਾਲਾ ਇਸ ਨਗਰ ਦੇ ਵਿੱਚ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਪਹੁੰਚੇ ਬਹੁਤ ਸੰਗਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਬਾਬਾ ਜੀ ਦੇ ਬਚਨ ਸਰਵਣ ਕਰਨ ਵਾਸਤੇ ਪਹੁੰਚਦੀਆਂ ਉਸ ਵੇਲੇ ਬਾਬਾ ਜੀ ਦੀ ਹਜ਼ੂਰੀ ਵਿੱਚ ਭਾਈ ਲਾਭ ਸਿੰਘ ਜੀ ਸੇਵਾਦਾਰ ਵਜੋਂ ਸੇਵਾ ਕਰਦੇ ਬਾਬਾ ਜੀ ਦੇ ਹਜ਼ੂਰੀ ਸੇਵਾਦਾਰ ਹੋਣ ਕਰਕੇ ਸੰਗਤਾਂ ਵੀ ਭਾਈ ਲਾਭ ਸਿੰਘ ਜੀ ਦਾ ਬੜਾ ਸਤਿਕਾਰ ਕਰਦੀਆਂ ਭਾਈ ਲਾਭ ਸਿੰਘ ਜੀਆਂ ਨੇ ਪਹਿਰੇ ਤੇ ਖਲੋਣਾ ਉਹਦੀ ਆਗਿਆ ਤੋਂ ਬਿਨਾਂ ਸਾਧ ਸੰਗਤ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੂੰ ਕੋਈ ਮਿਲ ਨਹੀਂ ਸੀ ਸਕਦਾ ਅੰਦਰ ਨਹੀਂ ਸੀ ਜਾ ਸਕਦਾ ਕੋਈ ਵੱਡੇ ਵੱਡੇ ਸਰਦਾਰ ਸਰਦਾਰ ਲੱਖਾ ਸਿੰਘ ਹਜ਼ਾਰਾ ਸਿੰਘ ਮੱਖਣ ਸਿੰਘ ਸਰਦਾਰ ਕੁੰਦਨ ਸਿੰਘ ਬੜੇ ਤਕੜੇ ਬੰਦੇ ਸੀ ਉਸ ਟਾਈਮ ਦੇ ਲਾਲਾ ਧੰਨਪਤ ਰਾਏ ਇਹੋ ਜਿਹੇ ਸਾਧ ਸੰਗਤ ਅਮੀਰ ਬੰਦਿਆਂ ਨੇ ਆਉਣਾ ਤਕੜੇ ਸਰਦਾਰਾਂ ਨੇ ਵੀ ਆਉਣਾ ਉਹ ਵੀ ਜਿੰਨਾ ਚਿਰ ਲਾਭ ਸਿਉਂ ਸਾਧ ਸੰਗਤ ਆਗਿਆ ਨਹੀਂ ਨਾ ਦਿੰਦਾ ਸੀ ਬਾਬਾ ਜੀ ਨੂੰ ਜਾ ਕੇ ਬੇਨਤੀ ਨਹੀਂ ਸੀ ਕਰਦਾ ਉਹਨਾਂ ਚਿਰ ਕੋਈ ਵੀ ਅੰਦਰ ਨਹੀਂ ਸੀ ਜਾ ਸਕਦਾ ਬਾਬਾ ਜੀ ਦਾ ਸੇਵਾਦਾਰ ਹੋਣ ਕਰਕੇ ਸੰਗਤਾਂ ਭਾਈ ਲਾਭ ਸਿੰਘ ਦਾ ਬਹੁਤ ਸਤਿਕਾਰ ਕਰਦੀਆਂ ਬਹੁਤ ਮਾਣ ਕਰਦੀਆਂ ਜਦੋਂ ਸੰਗਤਾਂ ਵੱਲੋਂ ਮਾਣ ਤੇ ਸਤਿਕਾਰ ਮਿਲਣਾ ਸ਼ੁਰੂ ਹੋ ਜਾਏ ਉਸ ਵੇਲੇ ਮਾਣ ਹੁੰਦੇ ਹੋਏ ਨਿਮਾਣਾ ਤਾਣ ਹੁੰਦੇ ਹੋਏ ਨਿਤਾਣਾ ਇਸ ਅਵਸਥਾ ਤੇ ਕੋਈ ਵਿਰਲਾ ਹੀ ਟਿਕ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਅਵਸਥਾ ਤੇ ਕੋਈ ਵਿਰਲਾ ਟਿਕ ਸਕਦਾ ਹੈ ਬਹੁਤ ਜਲਦੀ ਸਾਧ ਸੰਗਤ ਜੀ ਕਈ ਬੰਦੇ ਪੈਰ ਛੱਡ ਜਾਂਦੇ ਆ ਮਾੜਾ ਮੋਟਾ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਜਾਏ ਉਹ ਫਿਰ ਇਹ ਸਮਝਣ ਲੱਗ ਜਾਂਦੇ ਆ ਵੀ ਮੇਰੇ ਵਰਗਾ ਹੋਰ ਕੋਈ ਨਹੀਂ ਆਖੋ ਸਤਨਾਮ ਇੱਥੇ ਤੇ ਮਨ ਨੀਵਾਂ ਤੇ ਮਤ ਉੱਚੀ ਚਾਹੀਦੀ ਹੈ ਭਾਈ ਜਿਹੜੇ ਮਨ ਉੱਚਾ ਕਰਦੇ ਆ ਨਾ ਉਹ ਫਿਰ ਖਾਲੀ ਰਹਿ ਜਾਂਦੇ ਆ ਖਾਲੀ ਛੋਟੀਆਂ ਛੋਟੀਆਂ ਗੱਲਾਂ ਦਾ ਮਾਣ ਆਉਣਾ ਬੰਦੇ ਨੂੰ ਸ਼ੁਰੂ ਹੋ ਜਾਂਦਾ ਹੈ ਪਰ ਸਤਿਗੁਰੂ ਕਹਿੰਦੇ ਸੇਵਾਦਾਰ ਬਣ ਗਿਆ ਤੇ ਨਾਲ ਮਾਣ ਵੀ ਚੱਕੀ ਫਿਰਦਾ ਹੁਮੇ ਵੀ ਚੱਕੀ ਫਿਰਦਾ ਹੁਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ
ਵਸੈ ਕਠਾਏ ਹੁਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਕਈ ਵਾਰ ਕਿਸੇ ਨੂੰ ਆਪਣੀ ਪੜ੍ਹਾਈ ਦਾ ਮਾਣ ਹੋ ਜਾਂਦਾ ਹੈ, ਕਿਸੇ ਨੂੰ ਆਪਣੇ ਰੁਤਬੇ ਦਾ ਮਾਣ ਹੋ ਜਾਂਦਾ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਮਾਣ, ਕਿਸੇ ਨੂੰ ਕਿਸੇ ਚੀਜ਼ ਦਾ ਮਾਣ। ਇੱਕ ਮਾਣ ਹੁੰਦਾ ਹੈ ਜਿਹੜਾ ਦੁਨੀਆ ਵੱਲੋਂ ਮਿਲਦਾ ਹੈ, ਇੱਕ ਮਾਣ ਕਈ ਵਾਰੀ ਸਾਧ ਸੰਗਤ ਅੰਦਰੋਂ ਹੀ ਪੈਦਾ ਹੋਣ ਲੱਗ ਜਾਂਦਾ ਹੈ, ਅੰਦਰੋਂ ਹੌਲੀ ਹੌਲੀ ਉਹ ਹਉਮੈ ਫਿਰ ਵੱਧਦੀ ਰਹੀ, ਜਿਵੇਂ ਜਿਵੇਂ ਬੰਦਾ ਵਿਚਰਦਾ ਨਾ ਉਹ ਫਿਰ ਹਉਮੈ ਵੱਧਦੀ ਰਹਿੰਦੀ ਹੈ। ਜਿਵੇਂ ਹੁਣ ਗੱਡੀਆਂ ਦੇ ਵਿੱਚ ਟਿਊਬਲੈਸ ਟਾਇਰ ਚੱਲਦੇ ਨੇ ਨਾ, ਜਦੋਂ ਗੱਡੀ ਚੱਲਦੀ ਹੈ ਤੇ ਉਹਨਾਂ ਟਾਇਰਾਂ 'ਚ ਕਈ ਵਾਰ ਆਪਣੇ ਆਪ ਹੀ ਹਵਾ ਭਰੀ ਜਾਂਦੀ ਹੈ, ਕਈ ਵਾਰ ਉਹ ਫਿਰ ਹਵਾ ਇੰਨੀ ਭਰੀ ਜਾਂਦੀ ਚੱਲਦਿਆਂ ਚੱਲਦਿਆਂ ਟਾਇਰ ਉਹ ਪਾਟ ਜਾਂਦਾ। ਇਸੇ ਤਰ੍ਹਾਂ ਹੀ ਕਈ ਵਾਰ ਸੇਵਾ ਕਰਦਿਆਂ ਸਿਮਰਨ ਕਰਦਿਆਂ ਗੁਰੂ ਘਰ ਦੀ ਚਾਕਰੀ ਕਰਦਿਆਂ ਕਰਦਿਆਂ ਸੰਗਤਾਂ ਵੱਲੋਂ ਜਦੋਂ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਜਾਂਦਾ ਸਾਡੇ ਅੰਦਰ ਫਿਰ ਹਉਮੈ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ, ਹੌਲੀ ਹੌਲੀ ਵੱਧਦੀ ਰਹਿੰਦੀ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਦੋ ਸਿੱਖ ਰਹਿੰਦੇ ਸੀ, ਇੱਕ ਦਾ ਨਾਂ ਸੀ ਭਾਈ ਬਿਰਥਾ, ਇੱਕ ਦਾ ਨਾਂ ਸੀ ਭਾਈ ਤੁਲਸਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਸਨ ਕਹਿੰਦੇ ਉਹਨਾਂ ਦੀ ਜਾਤ ਵੀ ਭੱਲਿਆਂ ਦੀ ਸੀ, ਉਹ ਵੀ ਭੱਲੇ ਸਨ ਤੇ ਸੰਗਤਾਂ ਸਾਧ ਸੰਗਤ ਭਾਈ ਬਿਰਥੇ ਤੇ ਭਾਈ ਤੁਲਸੇ ਦਾ ਸਤਿਕਾਰ ਕਰਦੀਆਂ ਵੀ ਇਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਜਾਤ ਵਿੱਚੋਂ ਆ, ਇਹ ਵੀ ਭੱਲੇ। ਜਦੋਂ ਮਾਣ ਸਤਿਕਾਰ ਮਿਲਦਾ ਦਿਖਿਆ ਤੇ ਉਹਦੇ ਆਗੇ ਅਰਦਾਸ ਮਾਰੀ, ਜੀਓ ਪਿੰਡ ਸਭ ਤੇਰਾ ਕਹੋ ਨਾਨਕ, ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਇੱਥੇ ਨੀ ਫਿਰ ਟਿਕੇ ਰਹੇ ਵੀ ਜੇ ਮਾਣ ਸਤਿਕਾਰ ਮਿਲਦਾ ਤੇ ਗੁਰੂ ਅਮਰਦਾਸ ਮਹਾਰਾਜ ਕਰਕੇ ਮਿਲ ਰਿਹਾ। ਕਹਿੰਦੇ ਹਉਮੈ ਇੰਨੀ ਵੱਧ ਗਈ ਵੀ ਅਸੀਂ ਵੀ ਭੱਲੇ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਸਾਡੇ ਨੇ। ਕਹਿੰਦੇ ਸੇਵਾ ਕਰਨੀ ਛੱਡ ਦਿੱਤੀ, ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਛੱਡ ਦਿੱਤੀ, ਜਥੇਦਾਰ ਬਣ ਗਏ ਆਪਣੇ ਆਪ ਹੀ। ਹੁਣ ਨਾ ਤੇ ਕਹਿੰਦੇ ਅੰਮ੍ਰਿਤ ਵੇਲਾ ਸੰਭਾਲਦੇ ਆ, ਨਾ ਕੋਈ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦੇ ਆ, ਨਾ ਦਰਬਾਰ ਵਿੱਚ ਹਾਜ਼ਰੀ ਭਰਨੀ ਸਿਮਰਨ ਅਭਿਆਸ ਮਹਾਰਾਜ ਨੇ ਕਰਾਉਣਾ, ਨਾ ਉੱਥੇ ਹਾਜ਼ਰੀ ਭਰਨੀ। ਇੱਥੇ ਤੱਕ ਕਹਿੰਦੇ ਲੰਗਰ ਵਿੱਚ ਪ੍ਰਸ਼ਾਦਾ ਛਕਣਾ, ਆਪਣੇ ਬਰਤਨ ਵੀ ਆਪ ਚੁੱਕ ਕੇ ਨਹੀਂ ਮਾਂਜਦੇ, ਉਹ ਵੀ ਕਿਸੇ ਤੋਂ ਚੁਕਾਉਂਦੇ। ਦਿਲਾਂ ਦੀਆਂ ਜਾਣਨ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਦੋਨਾਂ ਨੂੰ ਕੋਲ ਬੁਲਾ ਕੇ ਕਹਿਣ ਲੱਗੇ, ਉਹ ਭਾਈ ਬਿਰਥਿਆ ਭਾਈ ਤੁਲਸਿਆ, ਵੀ ਸਾਰੀ ਸੰਗਤ ਸੇਵਾ ਵੀ ਕਰਦੀ ਹੈ, ਸਿਮਰਨ ਵੀ ਕਰਦੇ ਨੇ, ਅਸੀਂ ਵੇਖਦੇ ਹਾਂ ਵੀ ਤੁਸੀਂ ਕੁਝ ਵੀ ਨਹੀਂ ਕਰਦੇ, ਨਾ ਤੁਸੀਂ ਸੰਗਤ ਵਿੱਚ ਬੈਠੇ ਦਿਖਾਈ ਦਿੰਦੇ ਹੋ, ਨਾ ਤੁਸੀਂ ਕੋਈ ਸੇਵਾ ਕਰਦੇ ਦਿਖਾਈ ਦਿੰਦੇ ਹੋ, ਨਾ ਕੋਈ ਭਜਨ ਸਿਮਰਨ ਵਿੱਚ ਬੈਠੇ ਤੁਸੀਂ ਹਾਜ਼ਰੀ ਭਰਦੇ ਦਿਖਾਈ ਦਿੰਦੇ ਹੋ, ਤੁਸੀਂ ਵੀ ਭਜਨ ਸਿਮਰਨ ਕਰਿਆ ਕਰੋ ਮਹਾਰਾਜ, ਅਸੀਂ ਕਾਹਦੇ ਵਾਸਤੇ ਕਰਨਾ। ਸੱਚੇ ਪਾਤਸ਼ਾਹ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਸੰਗ ਸਹਾਈ। ਕਹਿੰਦੇ ਜਿੱਥੇ ਕੋਈ ਨਾਲ ਨਹੀਂ ਜਾਂਦਾ ਉੱਥੇ ਸੇਵਾ ਤੇ ਸਿਮਰਨ ਨਾਲ ਜਾਂਦਾ, ਸਾਨੂੰ ਤੇ ਲੋੜ ਹੀ ਨਹੀਂ ਜੀ ਕੋਈ, ਤੁਹਾਨੂੰ ਕਹਿੰਦੇ ਕਿਉਂ ਨਹੀਂ ਲੋੜ ਮਹਾਰਾਜ, ਤੁਸੀਂ ਵੀ ਭੱਲੇ ਤੇ ਅਸੀਂ ਵੀ ਭੱਲੇ, ਸਾਨੂੰ ਕਿਹਨੇ ਜਾਂਦਿਆਂ ਨੂੰ ਰੋਕਣਾ, ਜੇ ਕਿਤੇ ਸਮਾਂ ਬਣਿਆ ਵੀ ਅਸੀਂ ਕਹਿ ਦੇਣਾ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਾਤ ਵਿੱਚੋਂ ਆ, ਉਹ ਵੀ ਭੱਲੇ ਆ, ਅਸੀਂ ਵੀ ਭੱਲੇ ਹਾਂ ਮਹਾਰਾਜ, ਉਹ ਤੁਹਾਡਾ ਨਾਂ ਲੈ ਤਾ ਫਿਰ ਕੌਣ ਆ ਸਾਨੂੰ ਰੋਕਣ ਵਾਲਾ।
ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਓਏ ਭਲਿਆ ਗੁਰੂ ਭੱਲਾ ਨਹੀਂ ਗੁਰੂ ਭੱਲਾ ਕਰਦਾ ਭੱਲਾ ਨਹੀਂ ਗੁਰੂ ਭੱਲਾ ਕਰਦਾ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ ਜਿਨ ਕੀ ਲਿਖੈ ਪਤ ਪਵੇ ਚੰਗੇ ਸਹੀ ਗਏ ਉੱਥੇ ਜਾਤ ਨਹੀਂ ਚੱਲਣੀ ਉੱਥੇ ਜਾਤ ਦਾ ਜ਼ੋਰ ਨਹੀਂ ਚੱਲਣਾ ਉੱਥੇ ਜਿਹੜੇ ਚੰਗੇ ਕਰਮ ਤੁਸੀਂ ਕੀਤੇ ਆ ਨਾ ਉਹ ਵੇਖੇ ਜਾਣੇ ਆ ਆਖੋ ਸਤਨਾਮ ਜਿਹੜਾ ਚੰਗਾ ਬੀਜਿਆ ਉਹ ਤੁਹਾਡਾ ਵੇਖਿਆ ਜਾਣਾ ਤੁਹਾਡੀ ਜਾਤ ਨਹੀਂ ਉੱਥੇ ਵੇਖੀ ਜਾਣੀ ਵੀ ਤੁਹਾਡੀ ਜਾਤ ਕਿਹੜੀ ਹੈ ਇਸ ਕਰਕੇ ਜੇ ਇਸ ਦਰ ਤੇ ਰਹਿਣਾ ਇਸ ਦਰ ਦੇ ਕੁੱਕਰ ਬਣ ਕੇ ਰਹੋ ਅਸੀਂ ਵੀ ਇਸ ਦਰ ਦੇ ਕੁੱਕਰ ਹਾਂ ਸੇਵਕ ਬਣ ਕੇ ਰਹੋ ਜਨ ਬਣ ਕੇ ਰਹੋ ਜਦੋਂ ਸੇਵਕ ਬਣ ਕੇ ਰਵਾਂਗੇ ਜਨ ਬਣ ਕੇ ਰਵਾਂਗੇ ਮਾਣ ਸਤਿਕਾਰ ਸੰਗਤਾਂ ਦੇ ਦੀਆਂ ਨੇ ਤੇ ਹੰਕਾਰੀ ਨਹੀਂ ਹੋਣਾ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਚੰਗੇ ਹਾਂ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਉਹ ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ ਇੱਥੇ ਰੱਖਣਾ ਕਹਿੰਦੇ ਆਪਣੇ ਮਨ ਨੂੰ ਟਿਕਾ ਕੇ ਉਹ ਤੇਰੀ ਵਡਿਆਈ ਮਾਲਕਾ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ ਤੇਰੀ ਵਡਿਆਈ ਮਾਲਕਾ ਸਾਨੂੰ ਕੋਈ ਵੀ ਨਾ ਜਾਣਦਾ
ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਪਰ ਸਾਧ ਸੰਗਤ ਹੋਮੇ ਆ ਨਾ ਜਿਹੜੀ ਇਹ ਗੁਰਬਾਣੀ ਕਹਿੰਦੀ ਹੈ ਵੀ ਹੁਮੈ ਇਹਾ ਜਾਤ ਹੈ ਹੁਮੈ ਕਰਮ ਕਮਾਏ ਹੁਮੈ ਇਹੀ ਬੰਧਨਾ ਫਿਰ ਫਿਰ ਜੁਨੀ ਪਾਏ ਹੁਮੈ ਕਿਥੋਂ ਉਪਜੈ ਕਿਤ ਸੰਜ ਮੈਂ ਜਾਏ ਹੁਮੈ ਦੀਰਘ ਰੋਗ ਹੈ ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਦੁੱਖ ਜਾਏ ਨਾ ਤੇ ਕਹਿੰਦੇ ਮਾਰੀ ਜਾ ਸਕਦੀ ਹੈ ਨਾ ਕਿਸੇ ਹੱਟੀ ਤੇ ਵੇਚ ਕੇ ਆਪਾਂ ਇਹਨੂੰ ਖਤਮ ਕਰ ਸਕਦੇ ਹਾਂ ਵੀ ਚਲੋ ਅੱਗੇ ਵੇਚ ਕੇ ਤੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਆਪਣਾ ਮਿਹਰਾਂ ਭਰਿਆ ਸਿਰ ਤੇ ਹੱਥ ਰੱਖ ਕੇ ਆਪਣੇ ਸ਼ਬਦ ਦੀ ਕਮਾਈ ਕਰਾ ਲੈਣ ਫਿਰ ਕਹਿੰਦੇ ਇਹਨੂੰ ਮਾਰਿਆ ਜਾ ਸਕਦਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਸਭ ਕੁਝ ਜਾਣਦੇ ਕਹਿੰਦੇ ਲਾਭ ਸਿਉਂ ਹੁਮੇ ਦਾ ਅਧਿਕਾਰੀ ਬਣਦਾ ਜਾਂਦਾ ਜੇ ਦਿਨੋ ਦਿਨ ਇਹਦੀ ਹੁਮੇ ਇਸ ਤਰ੍ਹਾਂ ਹੀ ਵੱਧਦੀ ਰਹੀ ਇਸ ਤਰ੍ਹਾਂ ਹੀ ਵੱਧਦੀ ਰਹੀ ਤੇ ਫਿਰ ਆਹ ਜਿਹੜਾ ਸਮਾਂ ਸਾਡੇ ਕੋਲ ਬਿਤਾਉਂਦਾ ਸੰਗਤ ਦੀ ਸੇਵਾ ਕਰਦਾ ਫਿਰ ਇਹ ਕਿਸ ਅਰਥ ਪੈਣਾ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੇ ਉਹਦਾ ਮਾਣ ਤੋੜਨ ਵਾਸਤੇ ਨਾ ਕਿਉਂਕਿ ਮਾਣ ਪੂਰਿਆਂ ਨੂੰ ਭਾਉਂਦਾ ਨੀ ਹਰ ਜੀ ਉਹ ਹੰਕਾਰ ਨਾ ਭਾਵਈ ਵੇਦ ਇੱਕ ਦਿਨ ਰਾਤ ਨੂੰ ਆਪਣੀ ਸੇਵਾ ਕਰਕੇ ਘਰ ਨੂੰ ਵਾਪਸ ਤੁਰਿਆ ਜਾਂਦਾ ਹੈ ਜਦੋਂ ਤੁਰਿਆ ਜਾਂਦਾ ਹੈ ਤੇ ਅੱਧੀ ਰਾਤ ਦਾ ਹੁਣ ਸਮਾਂ ਰਸਤੇ ਵਿੱਚ ਇਹਨੂੰ ਸਾਧ ਸੰਗਤ ਜੀ ਚੋਰਾਂ ਨੇ ਘੇਰਾ ਪਾ ਲਿਆ ਮੂੰਹ ਉਹਨਾਂ ਦੇ ਬੰਨੇ ਹੋਏ ਆ ਕਿਸੇ ਦੇ ਹੱਥ ਵਿੱਚ ਕੋਈ ਹਥਿਆਰ ਫੜਿਆ ਕਿਸੇ ਦੇ ਹੱਥ ਵਿੱਚ ਕੋਈ ਹਥਿਆਰ ਫੜਿਆ ਕਿੱਧਰੋਂ ਆਇਆ ਕਿੱਧਰ ਚੱਲਿਆ ਕਹਿੰਦਾ ਮੈਂ ਬਾਬਾ ਆਨੰਦ ਸਿੰਘ ਮਹਾਰਾਜ ਦਾ ਸੇਵਾਦਾਰ ਹਾਂ ਆਪਣੀ ਸੇਵਾ ਪੂਰੀ ਕਰਕੇ ਘਰ ਨੂੰ ਵਾਪਸ ਚੱਲਿਆ ਕਹਿੰਦੇ ਚੰਗਾ ਜਿਹੜਾ ਕੁਝ ਹੈ ਕੱਢ ਕੇ ਇੱਥੇ ਰੱਖ ਦੇ ਇਹਨੇ ਬੜੇ ਹੱਥ ਜੋੜੇ ਬੜੇ ਤਰਲੇ ਬੜੀਆਂ ਮਿਹਨਤਾਂ ਕੀਤੀਆਂ ਮੇਰੇ ਕੋਲੇ ਕੀ ਹੈ ਇਹਦੇ ਚੋਲੇ ਦੇ ਗੀਜੇ ਵਿੱਚ ਸਾਧ ਸੰਗਤ ਕੁਝ ਕਮਾਇਆ ਸੀ ਕੁਝ ਕੁ ਹੋਰ ਸਮਾਨ ਵੀ ਸੀ ਇਹਦੇ ਕੋਲ ਇੱਕ ਕਹਿਣ ਲੱਗਾ ਜਾਂ ਤੇ ਕੱਢ ਕੇ ਰੱਖਦੇ ਨਹੀਂ ਹੁਣੇ ਇੱਥੇ ਤੈਨੂੰ ਮਾਰ ਕੇ ਸੁੱਟ ਜਾ ਜਦੋਂ ਜਾਨ ਤੇ ਬਣੀ ਵੇਖੀ ਨਾ ਇਹਨੇ ਕਹਿੰਦੇ ਜੋ ਕੁਝ ਸੀ ਉਹ ਕੱਢ ਕੇ ਉਹਨਾਂ ਨੂੰ ਫੜਾ ਦਿੱਤਾ ਹੁਣ ਸਮਾਨ ਤੇ ਉਹਨਾਂ ਨੂੰ ਮਿਲ ਗਿਆ ਚੋਰ ਕਹਿਣ ਲੱਗਿਆ ਜਿਹੜਾ ਚੋਲਾ ਪਾਇਆ ਤੇਰੇ ਵੀ ਲਾ ਕੇ ਸਾਨੂੰ ਫੜਾ ਆਖੋ ਸਤਨਾਮ ਆ ਜਿਹੜਾ ਤੇਰੇ ਚੋਲਾ ਪਾਇਆ ਨਾ ਇਹ ਵੀ ਫੜਾ ਸਾਨੂੰ ਲਾ ਕੇ ਜਦੋਂ ਉਹਨਾਂ ਨੇ ਚੋਲਾ ਲਾਉਣ ਨੂੰ ਆਖਿਆ ਨਾ ਫਿਰ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੀ ਯਾਦ ਆਈ ਫਿਰ ਜਿਹੜਾ ਮਾਣ ਸੀ ਨਾ ਵੀ ਮੈਂ ਬੜਾ ਵੱਡਾ ਹੁਣ ਸੇਵਾਦਾਰ ਜਥੇਦਾਰ ਬਣ ਗਿਆ ਮੇਰੇ ਤੋਂ ਬਿਨਾਂ ਤੇ ਕਿਸੇ ਦੀ ਇੱਥੇ ਚੱਲਦੀ ਨੀ ਫਿਰ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਕੇ ਕਹਿੰਦਾ ਬਾਬਾ ਆਨੰਦ ਸਿੰਘ ਜੀ ਤੁਹਾਡਾ ਲਾਭ ਲੁੱਟਿਆ ਗਿਆ ਆਖੋ ਸਤਨਾਮ ਬਾਬਾ ਜੀ ਤੁਹਾਡਾ ਲਾਭ ਲੁੱਟਿਆ ਗਿਆ ਕਿਰਪਾ ਕਰੋ ਚੋਲਾ ਲਾ ਕੇ ਫੜਾ ਦਿੱਤਾ ਜਦੋਂ ਚੋਰ ਕਹਿੰਦੇ ਚੋਲਾ ਲੈ ਕੇ ਉਹ ਸਮਾਨ ਲੈ ਕੇ ਜਾਣ ਲੱਗੇ ਨਾ ਇਧਰੋਂ ਫਿਰ ਇਹ ਅਰਦਾਸਾਂ ਕਰਦਾ ਮਹਾਰਾਜ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਟਪਾਵੇ ਸੇਵਕ ਕੋ ਨੇਕੀ ਹੋਏ ਦਿਖਾਵੇ ਮਹਾਰਾਜ ਰੱਖ ਲਓ ਗਰੀਬ ਦੀ
ਮੈਂ ਮੇਰੀ ਨੇ ਦਿੱਤੀ ਮੈਨੂੰ ਵਾਹਿਗੁਰੂ ਤੋਂ ਦੂਰੀ। ਮਹਾਰਾਜ ਮੈਂ ਮਾਣ ਕਰ ਬੈਠਾ ਸੀ ਮੈਂ ਜਾਣਦਾ ਕਰ ਦੇ ਦੂਰ ਖੁਦੀ ਦਾ ਪੜਦਾ ਦਰਜਾ ਮਿਲੇ ਹਜ਼ੂਰੀ ਮਹਾਰਾਜ ਕਿਰਪਾ। ਕਹਿੰਦੇ ਜਦੋਂ ਚੋਰ ਹੋਣੇ ਦਾ ਸਮਾਨ ਲੈ ਕੇ ਜਾਂਦੇ ਆ ਨਾ ਫਿਰ ਐਸੀ ਖੇਡ ਵਰਤੀ ਕਹਿੰਦੇ ਤੁਰੇ ਜਾਂਦੇ ਸਾਰੇ ਹੀ ਅੰਨੇ ਹੋ ਗਏ। ਆਖੋ ਸਤਨਾਮ ਜੇ ਤਾਂ ਅੱਗੇ ਨੂੰ ਜਾਂਦੇ ਆ ਤੇ ਅੰਨੇ ਹੋ ਜਾਂਦੇ ਆ, ਜੇ ਲਾਭ ਸਿਉਂ ਵੱਲੀ ਨੂੰ ਮੁੜਦੇ ਆ ਫਿਰ ਦੇਖਣ ਲੱਗ ਜਾਂਦੇ। ਇੱਕ ਕਹਿੰਦਾ ਨਹੀਂ ਆਪਾਂ ਨੂੰ ਐਵੇਂ ਭੁਲੇਖਾ ਜਿਹਾ ਪੈਂਦਾ, ਚਲੋ ਜਦੋਂ ਫਿਰ ਜਾਂਦੇ ਆ ਫਿਰ ਅੰਨੇ ਹੋ ਜਾਂਦੇ ਆ, ਜਾਂਦੇ ਆ ਤੇ ਅੰਨੇ ਹੋ ਜਾਂਦੇ ਆ, ਮੁੜਦੇ ਆ ਤੇ ਦੇਖਣ ਲੱਗ ਜਾਂਦਾ। ਜਦੋਂ ਦੋ ਚਾਰ ਵੇਲਾ ਏਦਾਂ ਹੋਇਆ ਸਮਝ ਪੈ ਗਈ ਵੀ ਜਿਹਨੂੰ ਅੱਜ ਲੁੱਟਿਆ ਕੋਈ ਆਮ ਨਹੀਂ ਕੋਈ ਖਾਸ ਹੈ, ਆਮ ਨਹੀਂ ਕੋਈ ਖਾਸ ਹੈ, ਸਾਰੇ ਹੀ ਕਹਿੰਦੇ ਲਾਭ ਸਿਉਂ ਦੇ ਪੈਰਾਂ ਤੇ ਡਿੱਗ ਪਏ, ਸਾਰਾ ਸਮਾਨ ਵਾਪਸ ਦੇ ਕੇ ਚਲੇ ਗਏ। ਜਦੋਂ ਲਾਭ ਸਿਉਂ ਸਵੇਰ ਨੂੰ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਨਾ ਤੇ ਹੱਸ ਕੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਲਾਭ ਸਿਉਂ ਦੱਸ ਫਿਰ ਰਾਤ ਕਿਵੇਂ ਗੁਜ਼ਰੀ, ਲਾਭ ਸਿਉਂ ਦੱਸ ਫਿਰ ਰਾਤ ਕਿਵੇਂ ਗੁਜ਼ਰੀ। ਨਾਲੇ ਤੇ ਰੋ ਪਿਆ ਨਾਲੇ ਕਹਿੰਦਾ ਬਾਬਾ ਜੀ ਉਵੇਂ ਹੀ ਗੁਜ਼ਰੀ ਜਿਵੇਂ ਆਪ ਜੀਆਂ ਨੇ ਗੁਜ਼ਾਰੀ। ਆਖੋ ਸਤਨਾਮ ਉਵੇਂ ਹੀ ਗੁਜ਼ਰੀ ਜਿਵੇਂ ਆਪ ਜੀਆਂ ਨੇ ਗੁਜ਼ਾਰੀ। ਸਾਧ ਸੰਗਤ ਬਾਬਾ ਜੀ ਕਹਿਣ ਲੱਗੇ ਭਾਈ ਸੇਵਾ ਕਰਦਿਆਂ ਮਾਣ ਨਹੀਂ ਕਰਨਾ, ਗੁਰੂ ਨਾਨਕ ਦੇ ਦਰ ਤੇ ਵੱਡਿਆਂ ਵੱਡਿਆਂ ਦਾ ਮਾਣ ਟੁੱਟ ਜਾਂਦਾ, ਨੀਵੇਂ ਹੋ ਕੇ ਸੇਵਾ ਕਰਨੀ ਹੈ। ਜੇ ਨੀਵੇਂ ਹੋ ਕੇ ਸੇਵਾ ਕਰੋਗੇ ਸੰਗਤ ਕਰੋਗੇ ਫਿਰ ਓਨੀ ਵਡਿਆਈ ਸੰਗਤਾਂ ਤੁਹਾਨੂੰ ਦੇਣਗੀਆਂ ਜਿੰਨੀ ਵਡਿਆਈ ਸੱਚੇ ਪਾਤਸ਼ਾਹ ਦੀ ਆਪਣੀ ਹੁੰਦੀ, ਓਨੀ ਰਹਿਮਤ ਮਿਲੇਗੀ ਓਨੀ ਕਿਰਪਾ ਹੋਏਗੀ। ਫਿਰ ਲਾਭ ਸਿਉਂ ਨੇ ਸਾਰੀ ਜ਼ਿੰਦਗੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੀ ਦਿੱਤੀ ਸੁਮਤ ਅਨੁਸਾਰ ਨੀਵੇਂ ਹੋ ਕੇ ਨਿਮਰਤਾ ਦੇ ਵਿੱਚ ਬਾਬਾ ਜੀ ਦੇ ਦਰ ਘਰ ਦੀ ਸੰਗਤ ਵੀ ਕੀਤੀ, ਸੇਵਾ ਤੇ ਸਿਮਰਨ ਕਰਕੇ ਆਪਣਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਵੀ ਕੀਤਾ। ਆਖੋ ਭਾਗਾਂ ਵਾਲਿਆਂ ਕਰਮਾਂ ਵਾਲਿਆਂ ਭਾਈ ਮਹਾਂਪੁਰਖਾਂ ਦੇ ਉਪਰਾਲੇ ਸਦਕਾ ਸਾਨੂੰ ਸੇਵਾ ਤੇ ਸਿਮਰਨ ਦੀਆਂ ਘੜੀਆਂ ਮਿਲਦੀਆਂ, ਇਹ ਘੜੀਆਂ ਦਰਗਾਹੀ ਘੜੀਆਂ ਨੇ ਤੇ ਲੇਖੇ ਵਿੱਚ ਤਾਂ ਹੀ ਪੈਣਗੀਆਂ ਜੇ ਭਾਵਨਾ ਨਾਲ ਸ਼ਰਧਾ ਨਾਲ ਨੀਵੇਂ ਹੋ ਕੇ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸੰਗਤ ਕਰਾਂਗੇ ਸੇਵਾ ਕਰਾਂਗੇ। ਸਾਧ ਸੰਗਤ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ, ਰੋਜ਼ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦੇ ਅੱਲਾ ਨਾਨਕ ਕਰਕੇ ਬੋਲਿਆ। ਉਹ ਸਮਾਂ ਸਮਾਪਤੀ ਦਾ ਹੋ ਚੱਲਿਆ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਆ ਧਾਰਨਾ ਪੜ ਕੇ ਅਰਦਾਸ ਸਮੇਂ ਦੀ ਸਮਾਪਤੀ ਕਰੇਗਾ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਧੰਨ ਮਹਾਂਪੁਰਖ ਜਿਨ੍ਹਾਂ ਨੇ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੇ ਲੇਖੇ ਲਾਏ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਭ ਕੋਈ। ਆਓ ਬਾਬਾ ਜੀ ਦੀ ਯਾਦ ਵਿੱਚ ਸਾਰੇ ਪੜ੍ਹੀਏ ਫਿਰ ਸਮਾਪਤੀ ਕਰਾਂਗੇ। ਉਹ ਜਿੰਨਾ ਮਿਲਣ ਆਇਆ ਕਰਤਾਰ ਧੰਨ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਜੀ ਮਿਲਣ ਆਇਆ ਕਰਤਾਰ ਧੰਨ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਜੀ ਮਿਲਣ ਆਇਆ ਕਰਤਾਰ ਧੰਨ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਜੀ ਮਿਲਣ ਆਇਆ ਕਰਤਾਰ ਧੰਨ ਬਾਬਾ ਆਨੰਦ ਸਿੰਘ ਧੰਨ ਕਰਦੇ ਸਭ ਦੇ ਬੇੜੇ ਪਾਰ ਧੰਨ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਜੀ ਉਹ ਸਭ ਦੇ ਬੇੜੇ ਪਾਰ ਧੰਨ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਜੀ।
ਸਿੰਘ ਜੀ ਮਿਲਣ ਆਇਆ ਸਰਦਾਰ ਧੰਨ ਬਾਬਾ ਨੰਦ ਸਿੰਘ ਧੰਨ ਬਾਬਾ ਨੰਦ ਸਿੰਘ ਜੀ ਕੇ ਸਾਨੂੰ ਬਨ ਤਪ ਸੀ ਕੀਤਾ ਗੁਰੂ ਨਾਨਕ ਨੂੰ ਪ੍ਰਗਟ ਕੀਤਾ ਕੇ ਸਾਨੂੰ ਬਨ ਤਪ ਸੀ ਝੁਕਦਾ ਹੈ ਸੰਸਾਰ ਧੰਨ ਬਾਬਾ ਨੰਦ ਸਿੰਘ ਧੰਨ ਬਾਬਾ ਨੰਦ ਸਿੰਘ ਜੀ ਝੁਕਦਾ ਹੈ ਸੰਸਾਰ ਧੰਨ ਬਾਬਾ ਨੰਦ ਸਿੰਘ ਧੰਨ ਬਾਬਾ ਨੰਦ ਸਿੰਘ ਜੀ ਸਦ ਮਹਾ ਹਰਨਾਮ ਸਿੰਘ ਜੀ ਲਿਖ ਲਾਤੀ ਗੁਰਾਂ ਦੇ ਜਿੰਦ ਜੀ ਮੁਰਸ਼ਦ ਮਹਾ ਹਰਨਾਮ ਸਿੰਘ ਜੀ ਲਿਖ ਲਾਤੀ ਗੁਰਾਂ ਦੇ ਜਿੰਦ ਜੀ ਮੁਰਸ਼ਦ ਮਹਾ ਹਰਨਾਮ ਸਿੰਘ ਜੀ ਲਿਖ ਲਾਤੀ ਗੁਰਾਂ ਦੇ ਜਿੰਦ ਜੀ ਹੋ ਨਾਮ ਦੇ ਰਸੀਏ ਬਾਬਾ ਜੀ ਮੇਰੇ ਕਰ ਦਿਓ ਸਭ ਦੇ ਦੂਰ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹੋਂ ਕੁਰਬਾਨ ਜਾਈ ਤੇਰੇ ਨਾਵੈ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਹੈ ਸ਼ਾਈ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀਆਂ ਦਾ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਦੇਵਾਨੰਦ ਜੀ ਬਹੁਤ ਪਿਆਰ ਸਤਿਕਾਰ ਬਖਸ਼ਦੇ ਨੇ ਹੋਰ ਬੇਅੰਤ ਮਹਾਂਪੁਰਖ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪ੍ਰਤਾਪ ਸਿੰਘ ਜੀ ਗੁਰਦੁਆਰਾ ਨਾਨਕਸਰ ਠਾਠ ਬਾਜਪੁਰ ਗਜਰੋਲਾ ਉੱਤਰਾਖੰਡ ਵਾਲੇ ਫਿਰੋਜ਼ਪੁਰ ਸਮਾਗਮ ਚੱਲ ਰਹੇ ਸੀ ਮਹਾਂਪੁਰਖਾਂ ਦੇ ਅੱਜ ਦਿਨ ਦੀ ਹਾਜ਼ਰੀ ਉੱਥੇ ਉੱਥੇ ਭਰ ਕੇ ਮਹਾਂਪੁਰਖਾਂ ਦੇ ਪਿਆਰ ਸਦਕਾ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਬਾਬਾ ਜੀ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਸੋ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ